yesterday we have discussed about the defense mechanism of the body against the pathogens and kinds of the defense mechanism in short. But now today we are going to start with the kinds of defense mechanism within details study. Now we have written about the kinds of defense mechanisms are non-specific defense mechanism and specific defense mechanism. Okay? So today we shall start with the non-specific defense mechanism. Write down non-specific defense mechanism. It resists infection. It resists infections by blocking the entry of pathogens, by blocking the entry of pathogens into the body or by destroying the microbes through means other than antibodies. Antibodies to ilawa koi hor tarike apna ke वो इस चीज़ नू रोकते हैं, ब्लॉक कर देंगे कि तुहाडी बॉडी अंदर एंटर ना करे. सो डिस्ट्रॉइंग द माइक्रोब्स थ्रू मीन्स अदर दैन द एंटीबॉडीज. नेक्स्ट पॉइंट, द नॉन स्पेसिफिक डिफेंस मैकेनिज्म इज फर्दर ऑफ टू टाइप्स विच वी हैव रिटन ऑन द बोर्ड. नॉन स्पेसिफिक डिफेंस मैकेनिज्म इज फर्दर डिवाइडेड इंटू टू टाइप्स, एक्सटर्नल डिफेंस एंड इंटरनल डिफेंस. Write down the first heading, external defense. External defense. It's also called first line of defense. ਜਿਵੇਂ ਕਹਿ ਸਕਦੇ ਹਾਂ ਕਿ ਪਹਿਲੀ ਸੈਨਾ ਦੀ ਟੁਕੜੀ ਖੜੀ ਹੈ, ਫਿਰ ਦੂਜੀ ਸੈਨਾ ਦੀ ਟੁਕੜੀ ਖੜੀ ਹੈ, ਮਤਲਬ ਸਾਨੂੰ ਰੋਕ ਸਾਡੇ ਬਚਾ ਲਈ. ਅਤੇ ਇਸ ਤਰ੍ਹਾਂ ਫਸਟ ਲਾਈਨ ਆਫ ਡਿਫੈਂਸ ਜਿਹੜਾ ਉਹ ਐਕਸਟਰਨਲ ਡਿਫੈਂਸ ਹੈ, ਜਿੱਦੋਂ ਅਸੀਂ ਰੁਕ ਜਾਂਦੇ ਹਾਂ. ਕੋਈ ਐਗਜ਼ਾਮਪਲ ਦੇ ਸਕਦੇ ਹੋ ਐਕਸਟਰਨਲ ਡਿਫੈਂਸ ਦੀ? ਤੁਹਾਡਾ ਦਿਮਾਗ ਇਹਨਾਂ ਦਿਨਾਂ ਤੋਂ ਚੱਲ ਰਿਹਾ ਇਹਦੇ ਨਾਲ ਰਿਲੇਟਡ, ਥੋੜ੍ਹਾ ਬਹੁਤਾ ਦਿਮਾਗ ਸਟਿਮੂਲੇਟ ਜ਼ਰੂਰ ਕਰਨਾ ਚਾਹੀਦਾ. ਐਕਸਟਰਨਲ ਡਿਫੈਂਸ ਸਾਡੀ ਬੋਡੀ 'ਚ ਕਿਸ ਤਰ੍ਹਾਂ ਦਾ ਹੋ ਸਕਦਾ ਤੁਹਾਡੇ ਅਨੁਸਾਰ? ਨਹੀਂ ਇਹ ਤਾਂ ਬੇਟਾ ਅਸੀਂ ਬਾਹਰੋਂ ਲਵਾਂਗੇ ਨਾ, ਮਤਲਬ ਡਿਟੋਲ ਸਾਡੇ ਕੋਲ ਸਾਡੀ ਬੋਡੀ ਤਾਂ ਨਹੀਂ ਡਿਵੈਲਪ ਕਰਦੀ, ਸਾਡੀ ਬੋਡੀ ਦਾ ਹੀ ਪਾਰਟ ਹੈ. ਫਸਟ ਲਾਈਨ ਆਫ ਡਿਫੈਂਸ ਕੀ ਹੋ ਸਕਦਾ ਸਾਡੀ ਬੋਡੀ ਵਿੱਚ? ਅਸੀਂ ਬਾਹਰੋਂ ਕੁਛ ਨਹੀਂ ਲੈਣਾ, ਨਾ ਕੋਈ ਸਾਬਣ ਲੈ ਰਹੇ ਹਾਂ, ਨਾ ਕੋਈ ਐਂਟੀਸੈਪਟਿਕ ਲੈ ਰਹੇ ਹਾਂ, ਨਾ ਕੋਈ ਲੋਸ਼ਨ ਲੈ ਰਹੇ ਹਾਂ, ਨਾ ਕੋਈ ਕਰੀਮ ਲਗਾ ਰਹੇ ਹਾਂ, ਕੁਛ ਨਹੀਂ, ਬਾਹਰੋਂ ਕੁਛ ਨਹੀਂ ਲੈਣਾ. ਤੁਹਾਡੀ ਬੋਡੀ ਖੁਦ ਕੀ ਤਿਆਰ ਕਰਦੀ ਵੀ ਹੈ, ਉਹ ਫਸਟ ਲਾਈਨ ਆਫ ਡਿਫੈਂਸ ਕਿਸ ਤਰ੍ਹਾਂ ਦੀ ਹੋ ਸਕਦੀ? ਕਿਸ ਤਰ੍ਹਾਂ ਦਾ ਲੋਕ ਕੱਢ ਕੇ ਦਿਖਾ. ਮੈਂ ਤਾਂ ਪਹਿਲਾਂ ਹੀ ਕਿਹਾ ਕਿ ਅਦਰ ਦੈਨ ਦ ਐਂਟੀਬੋਡੀਜ਼, ਫਸਟ ਲਾਈਨ ਤੁਸੀਂ ਪੜ੍ਹੀ, ਐਂਟੀਬੋਡੀਜ਼ ਦੀ ਇਹਦੇ ਵਿੱਚ ਗੱਲ ਹੀ ਨਹੀਂ ਹੈ. ਇਸ ਤੋਂ ਇਲਾਵਾ ਕੋਈ ਤਰੀਕੇ ਹੈਗੇ ਤੁਹਾਡੀ ਬੋਡੀ ਦੇ ਤੁਹਾਨੂੰ ਬਚਾਉਣ ਦੇ? ਹਰ ਵਾਰੀ ਐਂਟੀਬੋਡੀਜ਼ ਨਹੀਂ ਬਣਨਗੀਆਂ. ਹੁਣ ਮੰਨ ਲਓ ਕਿ ਬਹੁਤ ਇਕਦਮ ਹਨੇਰੀ ਚੜ੍ਹ ਜਾਂਦੀ ਹੈ ਅਤੇ ਬਹੁਤ ਆਉਂਦੀ ਚਲਦੀ ਹੈ, ਤੁਹਾਨੂੱ ਕਿਹਾ ਜਾਂਦਾ ਉੱਠ ਕੇ ਉੱਧਰ ਜਾਓ, ਅਤੇ ਬੜੀ ਮਿੱਟੀ ਭਰੀ ਆਉਂਦੀ ਚਲਦੀ ਪਈ ਹੈ, ਅਤੇ ਮਿੱਟੀ ਤੁਹਾਡੀ ਬੋਡੀ ਲਈ ਚੰਗੀ ਨਹੀਂ ਹੈ ਨਾ? ਉਸੇ ਵੇਲੇ ਤੁਸੀਂ ਕਹੋਗੇ, ਦੇਖਣਾ ਵੀ ਆਪਣੀ ਬੋਡੀ ਜਿਹੜੀ ਤੁਹਾਡੀ ਨਾ ਚਾਹੁੰਦੇ ਆ ਨਾ ਚਾਹੁੰਦੇ ਅੱਖਾਂ ਬੰਦ ਕਰਨ ਦੀ ਕੋਸ਼ਿਸ਼ ਕਰਦੀ ਹੈ. ਜਿਹੜੇ ਵਾਲ ਨੇ ਨਾ ਇਹ ਉਸ ਡਸਟ ਨੂੰ ਬਚਾਉਂਦੇ ਆ, ਕਿ ਤੁਹਾਡੀ ਬੋਡੀ ਦੇ ਵਿੱਚ ਐਂਟਰੀਜ਼ ਕਿੱਥੇ ਕਿੱਥੇ ਨੇ? ਅੱਖਾਂ 'ਚ, ਨੱਕ 'ਚ, ਮੂੰਹ 'ਚ, ਕੰਨਾਂ 'ਚ, ਇਹ ਸਭ ਐਂਟਰੀਜ਼ ਨੇ ਤੁਹਾਡੀ ਬੋਡੀ ਦੇ ਅੰਦਰ ਜਾਣ ਦਾ ਰਸਤਾ. ਅਤੇ ਬੰਦ ਹੋਣ ਦਾ ਤਰੀਕਾ ਹੈ. ਨੱਕ ਦੇ ਵਿੱਚ ਵਾਲ ਨੇ, ਉਹ ਵੀ ਤੁਹਾਡੀ ਬੋਡੀ ਨੂੰ ਫਸਟ ਲਾਈਨ ਆਫ ਡਿਫੈਂਸ ਇਸ ਤਰ੍ਹਾਂ ਦਾ ਹੈ. ਫਿਰ ਕੰਨ ਤੋਂ ਕਿਸ ਤਰ੍ਹਾਂ ਬਚਦੇ ਹੋ? ਇਹਦੇ ਵਿੱਚ ਵੈਕਸ ਹੁੰਦੀ ਹੈ, ਲੁਬਰੀਕੇਸ਼ਨ ਕਰਦੀ ਹੈ ਕਿ ਉਹ ਜੋ ਡਸਟ ਪਾਰਟੀਕਲਸ ਨੇ ਜਾਂ ਜੋ ਵੀ ਨੇ ਉਹ ਉੱਥੇ ਜੰਮ ਜਾਂਦੇ ਨੇ, ਅੰਦਰ ਤੱਕ ਨਹੀਂ ਜਾਂਦੇ. ਸੋ ਇਸ ਤਰ੍ਹਾਂ ਦੇ ਬਹੁਤ ਸਾਰੇ ਤਰੀਕੇ ਨੇ ਬੋਡੀ ਕੋਲ, ਜਿਸ ਤਰ੍ਹਾਂ ਇਹਨੂੰ ਫਸਟ ਲਾਈਨ ਆਫ ਡਿਫੈਂਸ ਕਹਿੰਦੇ, ਜਿਹੜੀ ਤੁਹਾਡੀ ਬੋਡੀ ਮਤਲਬ ਆਮ ਤੌਰ 'ਤੇ ਤੁਹਾਨੂੰ 24 ਘੰਟੇ ਬਚਾਉਂਦੀ ਰਹਿੰਦੀ ਹੈ. ਮੇਰੀ ਗੱਲ ਸਮਝ ਲੱਗੀ? ਪਸੀਨਾ ਆਉਂਦਾ, ਪਸੀਨਾ ਆਉਣਾ ਵੀ ਇੱਕ ਫਸਟ ਲਾਈਨ ਆਫ ਡਿਫੈਂਸ ਹੈ, ਕਿ ਤੁਹਾਡੀ ਬੋਡੀ ਦੇ ਪੋਰਸ ਜਿਹੜੇ ਨੇ ਉਹ ਉਹਨਾਂ ਵਿੱਚੋਂ ਡਸਟ ਅੰਦਰ ਨਹੀਂ ਜਾਂਦੀ, ਉਹਦੇ ਰਸਤੇ ਬਾਹਰ ਨਿਕਲ ਜਾਂਦੀ ਹੈ. ਤਾਂ ਹੀ ਵਾਰ ਵਾਰ ਮਤਲਬ ਹੈਲਥ ਬੈਨੀਫਿਟਸ ਜਦੋਂ ਕਹਿੰਦੇ ਨੇ ਕਿ ਪਸੀਨਾ ਲਿਆਓ, ਬੋਡੀ ਅੰਦਰ ਪਸੀਨਾ ਲਿਆਓ,
तो वो भी बहुत सारे तरीके ने तुहाडी बॉडी दे उत्ते जिहड़ी नमी आ जाँदी है जां विचों चिकनाई निकलती है, वो एक तरह का मतलब पोर्स के जो कुछ फसया उन्होंने क्ढन की कोशिश की जाती है। सो इस तरह बहुत सारे जोड़े तरीके ने तुहाडी बॉडी में मतलब जी है वो इनफेक्शन तो बचाने लिए या पैथोजन तो बचाने लिए। हुण लिखो इन इस तरह असी डिटेल्स लिखांगे। एक्सटर्नल डिफेंस इट्स अदर नेम इज फर्स्ट लाइन ऑफ डिफेंस। इट इज अगेन कंप्राइसेस ऑफ फिजिकल एंड फिजियोलॉजिकल बैरियर्स, फिजिकल एंड फिजियोलॉजिकल बैरियर्स। इट अगेन कंप्राइजेज ऑफ फिजिकल एंड फिजियोलॉजिकल बैरियर्स। फिजिकल बैरियर्स आ गई स्किन, ठीक है, सब तो इंपॉर्टेंट, तेरे वाल जिते जिते भी लगे ने वो सब तुम्हें बचाने की कोशिश करते हैं। लिखो फिजिकल बैरियर्स। फिजिकल बैरियर्स भी अगों दो तरह के ने, स्किन एंड म्यूकस मैमब्रेन। स्किन एंड म्यूकस मैमब्रेन। ठीक है बेटा, स्किन एंड म्यूकस। स्किन जब चल रही है यहाँ कोई लिक्विड निकलता है, नक् के विच लिक्विड भी है, कन्ना के विच भी लिक्विड है जो तुम्हें बचाता है। ठीक है, स्किन एंड म्यूकस मैमब्रेन्स। ठीक है, हुण स्किन ते म्यूकस मैमब्रेन सब लिखण की लोड़ नहीं, थोड़ा जिहा समझ लो मैं बोल देना। द स्किन प्रोवाइड्स अ नाइस प्रोटेक्टिव कवरिंग टू द बॉडी। सारी बॉडी कवर है स्किन के नाल। इट्स आउटर टफ लेयर इज कॉल्ड हॉर्नी लेयर्स, मतलब ये बाहर वाली लेयर बड़ी टफ है, आम तौर पर इतना वज गई उसने वज गई, थोड़ा कितने असर नहीं होता, मतलब बहुत ही कुछ चीज़ तिखी है तो मैं कुछ कह नहीं सकता, पर आम तौर पर अदरवाइज इंटरनल ऑर्गन मान लो ये तो स्किन ला दिए, इंटरनल ऑर्गन तो यह भी वजेगा ना, तो इं बैठन लगे भी सू जी प्रॉब्लम होगी। सो बाहर वाली आउटर टफ लेयर ने साड़ी इंटरनल ऑर्गन की बहुत रक्षा की हुई है। ठीक है, सो म्यूकस मैमब्रेन के किस तरह द डाइजेस्टिव रेस्पिरेटरी एंड यूरिनोजेनिटल ट्रैक्ट्स ओपन आउट एट वन और द बोथ द एंडस एंड डू नॉट हैव डायरैक्ट कम्युनिकेशन विद द पार्ट्स अदर पार्ट्स ऑफ द बॉडी। हूँ जे मूँह रस्ते असी खा रहे हैं तो अपने मल मूत्र के रस्ते भी साढ़े ओपन ने, उतों भी तो मतलब एंट्री जी है वो पैथोजन हो सकती है, और बहुत सारी डिजीज पड़िया भी हैं कि किस तरह इन्हों के रस्ते साड़ी बॉडी के जो पैथोजनस ने वो एंटर कर जाते हैं, सानू प्रॉब्लम ता ही रोकया जाता है कि खुले विच बाथरूम टॉयलेट जोड़ा वो ना जाया जाए, क्योंकि इन पाथवेज के रस्ते भी बहुत सारी इनफेक्शन जी बॉडी अंदर चली जाती है जब तुम बीमार हो जाते हो। ठीक है, सो नैक्सट हैडिंग पाओ तुम फिजियोलॉजिकल बैरियर्स। फिजियोलॉजिकल बैरियर्स ये अगे लिखो द स्किन एंड द म्यूकस मैमब्रेन्स। द स्किन एंड द म्यूकस मैमब्रेन्स सेक्रेट सर्टन केमिकल्स, सेक्रेट सर्टन केमिकल्स विच डिस्पोज ऑफ द पैथोजन्स, विच डिस्पोज ऑफ द पैथोजन्स फॉर एग्जाम्पल्स, थले एग्जाम्पल्स के तौर पर लिख लो स्किन सेक्रीशंस, एग्जाम्पल्स पांच सात कट्ठिया ने ते नीचे 1 2 3 4 करके लिख सकते हो। स्किन सेक्रीशंस, सलाइवा तुहाडे मूँह की थुक जी है एकदम कुछ पूछ जाए थुक करके सुट देंदे हो बार, है ना। सो स्किन सेक्रीशंस जो ऑयल निकलता है तुहाडी बॉडी चो या पसीना निकलता है, दीज आर कॉल्ड स्किन सेक्रीशंस। ठीक है, तो उस तो बाद सलाइवा, दैन गट सेक्रीशन। गट मतलब तुहाडियां अंदर जिहड़ियां फूड नालियां ने उन्हां विच भी लगातार सेक्रीशन हुंदी रहिंदी है, जे कोई बैक्टीरिया अंदर चला भी जाए आम तौर पर इत्थों तक मर जाता है थोड़ा बहुत, कोई बहुत ही स्ट्रोंग बैक्टीरिया है या वायरस है तो वो नहीं किया जा सकता, बट फिर भी काफ़ी हद तक इत्थों तक डिस्ट्रॉय हो जाता। सो कॉल्ड गट सेक्रीशन, GUT, गट सेक्रीशंस एंड बैक्टीरिया, ये नाल लिखो एंड बैक्टीरिया। नैक्सट बाइल, बाइल एक तरह की थुक ही होंगी है पर लिवर सेक्रीट होंगी है। ठीक है,
बाइल लिवर ਦੇ ਵਿੱਚ ਜਦੋਂ ਰੋਟੀ ਪਹੁੰਚਦੀ ਹੈ ਤੇ ਉਹ ਇੰਟੈਸਟਾਈਨ ਚ ਜਾਣ ਤੋਂ ਪਹਿਲਾਂ ਉਹਦੇ ਵਿੱਚ ਵੀ ਜੋ ਜੋ ਬੈਕਟੀਰੀਆਜ਼ ਐਕਸਟਰਨਲ ਆਏ ਹੁੰਦੇ ਆ ਰੋਟੀ ਦੇ ਨਾਲ ਬਹੁਤ ਕੁਝ ਖਾ ਲੈਂਦੇ ਅਸੀਂ ਤੇ ਸਾਡੀ ਬਾਡੀ ਇਹਨਾਂ ਨੂੰ ਟਾਈਮ ਟਾਈਮ ਤੇ ਸਟੇਜ ਸਟੇਜਸ ਨੇ ਹਰ ਸਟੈਪ ਉੱਤੇ ਇਹਨਾਂ ਨੂੰ ਡਿਸਟਰੋਏ ਕਰਦੀ ਜਾਂਦੀ ਹੈ ਥੱਲੇ ਤੱਕ ਜਾਂਦੇ। ਨੈਕਸਟ ਟੀਅਰਸ ਆਂਸੂ ਆ ਜਾਂਦੇ ਜਦੋਂ ਕੁਝ ਅੱਖਾਂ 'ਚ ਪੈ ਜਾਵੇ ਉਸੇ ਵੇਲੇ ਆਂਸੂ ਆ ਗਏ, ਮਤਲਬ ਉਹਨੇ ਅੱਖਾਂ ਦੇ ਰਸਤੇ ਕਿਸੇ ਚੀਜ਼ ਦੇ ਅੰਦਰ ਜਾਣ ਦੀ ਕੋਸ਼ਿਸ਼ ਕੀਤੀ ਪਰ ਅੱਖਾਂ ਨੇ ਰਿਐਕਸ਼ਨ ਦਿੱਤਾ, ਆਂਸੂ ਆ ਗਏ, ਉਹਦੇ ਨਾਲ ਉਹ ਬਾਹਰ ਆ ਜਾਏਗੀ। ਠੀਕ ਹੈ, ਸੋ ਟੀਅਰਸ ਨੇਜ਼ਲ ਸੈਕ੍ਰੀਸ਼ਨ ਨੱਕ ਦੇ ਵਿੱਚੋਂ, ਨੇਜ਼ਲ ਸੈਕ੍ਰੀਸ਼ਨ ਸੈਰੂਮਨ ਐਸ ਸੋਰੀ CERUMEN ਸੈਰੂਮਨ, ਸੈਰੂਮਨ ਕੀ ਹੁੰਦੀ ਹੈ ਇਹਦਾ ਅਦਰ ਨੇਮ ਲਿਖੋ, ਏਅਰ ਵੈਕਸ, ਕੰਨਾਂ ਦੇ ਵਿੱਚ ਜਿਹੜੀ ਮੈਲ ਫਸ ਜਾਂਦੀ ਹੈ, ਮੈਲ ਕੀ ਹੁੰਦੀ ਹੈ, ਵੈਕਸ ਹੁੰਦੀ ਤੁਹਾਡੀ ਬਾਡੀ ਦੀ ਆਪਣੀ, ਏਅਰ ਵੈਕਸ CERU SERUMEN ਮੈਨ ਸੈਰੂਮਨ ਔਰ ਏਅਰ ਵੈਕਸ। ਠੀਕ ਹੈ, ਵੈਜਾਈਨਲ ਬੈਕਟੀਰੀਆ VAGINAL ਵੈਜਾਈਨਲ ਬੈਕਟੀਰੀਆ, ਫੀਮੇਲ ਦੇ ਜਿਹੜੇ ਰੀਪ੍ਰੋਡਕਟਿਵ ਔਰਗਨਸ ਨੇ ਉਹਨਾਂ ਦੇ ਵਿੱਚ ਇਹ ਵੈਜਾਈਨਲ ਪਾਰਟ ਹੁੰਦਾ, ਉਹਦੇ ਵਿੱਚ ਵੀ ਸੈਕ੍ਰੀਸ਼ਨਸ ਹੁੰਦੀਆਂ ਨੇ ਕਿਉਂਕਿ ਉਹਨਾਂ ਵਿੱਚੋਂ ਵੀ ਬਹੁਤ ਸਾਰੇ ਬੈਕਟੀਰੀਆ ਬਾਡੀ ਦੇ ਅੰਦਰ ਐਂਟਰ ਕਰ ਜਾਂਦੇ ਨੇ। ਸੋ ਦੀਜ਼ ਆਰ ਆਲਸੋ ਕਾਇੰਡ ਆਫ ਫਿਜ਼ੀਓਲੋਜੀਕਲ ਬੈਰੀਅਰ, ਸੋ ਵੈਜਾਈਨਲ VAGINAL ਵੈਜਾਈਨਲ ਬੈਕਟੀਰੀਆ। ਠੀਕ ਹੈ, ਫੁੱਲ ਸਟੋਪ। ਨੈਕਸਟ ਹੈਡਿੰਗ ਪਾਓ, ਪੈਨੀਟ੍ਰੇਸ਼ਨ ਆਫ ਦ ਫਸਟ ਲਾਈਨ ਆਫ ਡਿਫੈਂਸ, ਫਸਟ ਲਾਈਨ ਆਫ ਡਿਫੈਂਸ ਕਿਸ ਤਰ੍ਹਾਂ ਟੁੱਟਦੀ ਹੈ, ਲਿਖੋ ਹੈਡਿੰਗ ਪਾਓ, ਪੈਨੀਟ੍ਰੇਸ਼ਨ ਆਫ ਦ ਫਸਟ ਲਾਈਨ ਆਫ ਡਿਫੈਂਸ। ਪੈਨੀਟ੍ਰੇਸ਼ਨ ਦਾ ਮਤਲਬ ਤੋੜ ਦੇਣਾ ਉਹਨੂੰ, ਉਹਨੂੰ ਉਹਦਾ ਭੇਦਨ ਕਰਕੇ ਜਦੋਂ ਬੈਕਟੀਰੀਆ ਅੰਦਰ ਐਂਟਰ ਕਰਦੇ ਨੇ ਤਾਂ ਫਿਰ ਉਹ ਕਿਸ ਤਰ੍ਹਾਂ ਕਰਦੇ ਨੇ। ਠੀਕ ਹੈ, ਸੋ ਪੈਨੀਟ੍ਰੇਸ਼ਨ ਆਫ ਦ ਫਸਟ ਲਾਈਨ ਆਫ ਡਿਫੈਂਸ, ਲਿਖੋ, ਸਮ ਪੈਰਾਸਾਈਟਸ ਮੇਕ, ਸਮ ਪੈਰਾਸਾਈਟਸ ਮੇਕ ਵੇ ਥਰੂ ਦਾ ਸਕਿਨ, ਵੇ ਮਤਲਬ ਰਸਤਾ, ਕੋਮਾ, ਅਦਰ ਐਂਟਰ ਥਰੋ, ਅਦਰਸ ਐਂਟਰ ਥਰੋ ਵੂਡਸ, ਤੁਹਾਡੇ ਜ਼ਖਮਾਂ ਤੋਂ ਅੰਦਰ ਐਂਟਰ ਕਰ ਦਿੰਦੇ, ਉਸੇ ਵੇਲੇ ਫਟਾਫਟ ਐਂਟੀਸੈਪਟਿਕ ਲਗਾ ਲੈਣਾ ਚਾਹੀਦਾ, ਅਦਰਵਾਈਜ਼ ਇੱਥੋਂ ਬਹੁਤ ਸਾਰੀ ਐਂਟਰੀ ਜਿਹੜੀ ਹੋ ਜਾਂਦੀ ਹੈ। ਅਦਰਸ ਐਂਟਰ ਥਰੋ ਵੂਡਸ ਐਂਡ ਓਪਨਿੰਗ ਆਫ ਸਵੈਟ ਗਲੈਂਡਸ, ਜਦੋਂ ਤੁਹਾਡੇ ਪਸੀਨੇ ਦੇ ਪੋਰ ਖੁੱਲਦੇ ਨੇ ਉਦੋਂ ਵੀ ਬਹੁਤ ਸਾਰੇ ਬੈਕਟੀਰੀਆ ਅੰਦਰ ਐਂਟਰ ਕਰ ਜਾਂਦੇ, ਤਾਂ ਹੀ ਕਹਿੰਦੇ ਨੇ ਜਦੋਂ ਬਹੁਤ ਪਸੀਨਾ ਆ ਗਿਆ ਥੋੜ੍ਹੀ ਦੇਰ ਬਾਅਦ ਨਹਾ ਲਓ, ਮਤਲਬ ਉਹਨੂੰ ਸੋਪ ਦੇ ਨਾਲ ਐਂਟੀਸੈਪਟਿਕ ਦੇ ਨਾਲ ਕਲੀਅਰ ਕਰ ਲਓ ਤਾਂ ਜੋ ਤੁਹਾਡੀ ਬਾਡੀ ਜਿਹੜੀ ਉਹ ਕਲੀਅਰ ਹੋ ਜਾਵੇ। ਸੋ ਥਰੋ ਦਾ ਵੂਡਸ ਔਰ ਦ ਓਪਨਿੰਗ ਆਫ ਸਵੈਟ ਗਲੈਂਡਸ ਐਂਡ ਹੇਅਰ ਫੋਲੀਕਲਸ, ਹੁਣ ਵਾਲ ਟੁੱਟਦੇ ਨੇ ਤੁਹਾਡੀ ਬਾਡੀ ਤੋਂ ਤਾਂ ਉਹ ਵੀ ਜਗ੍ਹਾ ਖਾਲੀ ਹੋ ਜਾਂਦੀ, ਉਹਦੇ ਤੋਂ ਵੀ ਐਂਟਰੀ ਕਰ ਜਾਂਦਾ। ਹੇਅਰ ਫੋਲੀਕਲਸ FOLLICLES ਫੋਲੀਕਲਸ, ਹੇਅਰ ਫੋਲੀਕਲਸ, ਫੁੱਲ ਸਟੋਪ। ਅਦਰਸ ਆਰ ਇੰਜੈਕਟਡ ਬਾਏ ਸਮ ਅਦਰਸ ਆਰ ਇੰਜੈਕਟਡ ਬਾਏ ਬਲੱਡ ਸਕਿੰਗ ਆਰਥਰੋਪੋਡਸ, ਕੁਛ ਕੀੜੇ ਨੇ ਜਿਹੜੇ ਤੁਹਾਡਾ ਖੂਨ ਚੂਸਦੇ ਨੇ, ਜਿਵੇਂ ਜੂਆਂ ਹੋ ਗਈਆਂ, ਜਾਂ ਮਤਲਬ ਕੋਈ ਜੌਂ ਲੱਗ ਗਈ ਜਾਂ ਕੁਛ ਜੌਂਕ ਜਿਹਨੂੰ ਕਹਿੰਦੇ ਉਹ ਲੱਗ ਗਈ, ਜਾਂ ਸਿੱਧੀ ਸਿੰਪਲ ਜਿਹੀ ਗੱਲ ਮੋਸਕੀਟੋਜ਼ ਤੁਹਾਡਾ ਖੂਨ ਚੂਸਦੇ ਨੇ, ਬਹੁਤ ਸਾਰੇ ਐਸੇ ਨੇ ਜਿਹੜੇ ਖੂਨ ਚੂਸਣ ਦੀ ਕੋਸ਼ਿਸ਼ ਕਰਦੇ ਨੇ, ਉਹਨਾਂ ਦੇ ਰਸਤੇ ਵੀ ਤੁਹਾਡੇ ਬਾਡੀ ਦੇ ਅੰਦਰ ਬਹੁਤ ਸਾਰੇ ਕੀਟਾਣੂ ਜਿਹੜੇ ਨੇ ਚਲੇ ਜਾਂਦੇ ਨੇ। ਸਟਿਲ ਅਦਰਸ ਆਰ ਇੰਜੈਕਟਡ ਬਾਏ ਬਲੱਡ ਸਕਿੰਗ ਆਰਥਰੋਪੋਡਸ, ARTHRO ਆਰਥਰੋਪੋਡਸ, ਨੈਕਸਟ ਪੁਆਇੰਟ ਲਿਖੋ, ਮਾਈਕਰੋ ਔਰਗੈਨਿਜ਼ਮਸ ਮੇ ਇੰਜਰ, ਮਾਈਕਰੋ ਔਰਗੈਨਿਜ਼ਮਸ ਮੇ ਇੰਜਰ INJURE ਇੰਜਰ ਐਂਡ ਪਾਸ ਥਰੋ ਦਾ, ਐਂਡ ਪਾਸ ਥਰੋ ਦਾ ਸਕਿਨ, ਓ ਸੋਰੀ ਥਿਨ ਕੌਮਾ, ਪਾਸ ਥਰੋ ਦਾ ਥਿਨ ਕੌਮਾ ਮੋਇਸਟ ਐਂਡ ਰੈਲੇਟਿਵਲੀ, moist and relatively vulnerable 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 mucous membranes of digestive, respiratory and urinogenital tracts urine ਦੀ ਜਿਹੜਾ
पाथवे है उधर, रस्ते भी ये बहुत सारी चीज़ें जी अंदर चल जाती ने एंड गैट इन टू द टिशूज एंड गैट इन टू द टिशूज और ब्लड, या तो टिशूज भी चले जाता या ब्लड भी चले जाएंगे, एंड गैट इन टू द टिशूज और ब्लड डन। इट इज देयर फोर, नेक्स्ट लाइन, इट इज देयर फोर वेरी असेंशियल, इट इज देयर फोर वेरी असेंशियल फॉर सर्वाइवल, फॉर सर्वाइवल टू हैव अ सेकेंड लाइन ऑफ डिफेंस, टू हैव अ सेकेंड लाइन ऑफ डिफेंस। फर्स्ट लाइन के बीच जो कोई रह गया या अंदर एंटर कर ही गया तो सैकेंड लाइन ऑफ डिफेंस जी चाहिए है, टू हैव अ सेकेंड लाइन ऑफ डिफेंस फॉर कंट्रोलिंग द पैरासाइट्स दैट हैव एंटर्ड द बॉडी, that have entered the body by breaking through the first line, by breaking through the first line of defense. Done? सेकेंड टाइप लिखो इंटरनल डिफेंस, यानी कि सेकेंड लाइन ऑफ डिफेंस। इंटरनल डिफेंस और सेकेंड लाइन ऑफ डिफेंस फ्रॉम देयर वी विल स्टार्ट फ्रॉम टुमारो, ठीक है, दैट्स इनफ फॉर द टुडे क्लास, यू शुड राइट द टॉपिक फॉर टुमारो क्लास, ठीक है, ओके, थैंक यू।